नमस्कार दोस्तों मैं आपका दोस्त मनुमोद आपा पॉलिटिकल इशू बारे थर्ड क्लास से स्टार्ट करने ਲੱਗੇ ਆ ਠੀਕ ਆ ਇਸ ਤੋਂ ਪਹਿਲੇ ਮੈਂ ਤੁਹਾਨੂੰ ਦੋ ਕਲਾਸਾਂ ਪ੍ਰੋਵਾਈਡ ਕਰਵਾ ਦਿੱਤੀ ਐ ਜਿਸ ਵਿੱਚ ਆਪਾਂ ਕਨਸਟੀਟਿਊਸ਼ਨ ਅਸੈਂਬਲੀ ਬਾਰੇ ਥਿਉਰੀ ਵਿੱਚ ਰੀਡ ਕੀਤਾ ਸੀ ਅਤੇ ਪ੍ਰੈਜ਼ੀਡੈਂਟ ਦੇ ਕੰਮ ਕੀ ਨੇ ਹਨਾ ਇਹਨਾਂ ਦੀ ਸ਼ਕਤੀਆਂ ਕੀ ਐ ਪ੍ਰੈਜ਼ੀਡੈਂਟ ਦੀ ਇਹ ਵੀ ਤੁਹਾਨੂੰ ਥਿਉਰੀ ਵਿੱਚ ਸਮਝਾ ਚੁੱਕੇ ਆ ਜੇ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀ ਤਾਂ ਜ਼ਰੂਰ ਚੈਨਲ ਤੇ ਜਾ ਕੇ ਵਿਜ਼ਿਟ ਕਰ ਲਿਓ ਤੇ ਕੱਲ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਜਿਹੜੇ ਪ੍ਰੈਜ਼ੀਡੈਂਟ ਦੇ ਰਿਗਾਰਡਿੰਗ ਇੰਪੋਰਟੈਂਟ ਕੁਚਨ ਐਗਜ਼ਾਮ ਵਿੱਚ ਪੜ੍ਹ ਸਕਦੇ ਨੇ ਉਸ ਦੇ ਰਿਗਾਰਡਿੰਗ ਤੁਹਾਨੂੰ ਇੱਕ ਵੀਡੀਓ ਪ੍ਰੋਵਾਈਡ ਕਰਵਾ ਦੇਵਾਂਗਾ ਠੀਕ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪੋਲਿਟੀਕਲ ਇਸ਼ੂ ਦਾ ਇੰਪੋਰਟੈਂਟ ਟੋਪਿਕ ਆ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਰਿਗਾਰਡਿੰਗ ਇੰਪੋਰਟੈਂਟ ਕੁਚਨ ਕਵਰ ਕਰਾਂਗੇ ਜਿਹੜੇ ਐਗਜ਼ਾਮ ਵਿੱਚ ਡਾਇਰੈਕਟਲੀ ਪੁੱਛੇ ਜਾਂਦੇ ਨੇ ਠੀਕ ਹੈ ਤੇ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜਲਦੀ ਨਾਲ ਆਪਣੇ ਅੱਜ ਦੀ ਕਲਾਸ ਸਟਾਰਟ ਕਰ ਲਈਏ ਜੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਿਕੁਐਸਟ ਹੈ ਬੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਹੋ। ਦੇਖੋ 45000 ਸਬਸਕ੍ਰਾਈਬ ਹੋਣ ਵਾਲੇ ਆ। ਆਈ ਹੋਪ ਜਿਹੜੇ ਵੀ ਕੈਂਡੀਡੇਟ ਜਿਹੜੇ ਵੀ ਬੱਚੇ ਨੇ ਹਨਾ ਮੇਰਾ ਪੜਾਇਆ ਹੋਇਆ ਸਮਝ ਆਉਂਦਾ ਹੈ। ਉਹਨਾਂ ਨੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ। ਠੀਕ ਹੈ। ਹੁਣ ਆਪਾਂ ਸਟਾਰਟ ਕਰ ਲਈਏ। ਓਕੇ ਲਿਖ ਦਿਓ ਇੱਕ ਵਾਰੀ ਵੀਡੀਓ ਵਿੱਚ ਓਕੇ ਲਿਖ ਕੇ ਕਮੈਂਟ ਕਰ ਦਿਓ ਠੀਕ ਹੈ। ਤਾਂ ਕੁਐਸਚਨ ਨੰਬਰ 1 ਕੀ ਕਹਿੰਦਾ? ਭਾਰਤ ਵਿੱਚ ਕਾਰਜਕਾਰੀ ਦਾ ਚੇਅਰਮੈਨ ਕੌਣ ਨਿਯੁਕਤ ਕਰਦਾ ਹੈ ਇਹ ਥੋੜਾ ਜਿਹਾ ਕੁਐਸਚਨ 'ਚ ਹੈ ਨਾ ਮਿਸਟੇਕ ਹੋ ਜਾਂਦੀ ਹੈ ਟਾਈਪ ਕਰਨ 'ਤੇ ਤਾਂ ਕਰਕੇ ਤੁਸੀਂ ਸਮਝ ਲਓ ਜੋ ਮੈਂ ਬੋਲ ਰਿਹਾ ਤੇ ਕਾਰਜਕਾਰੀ ਦਾ ਚੇਅਰਮੈਨ ਕੌਣ ਨਿਯੁਕਤ ਕਰਦਾ ਹੈ ਤਾਂ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਰਾਸ਼ਟਰਪਤੀ ਹੀ ਨਿਯੁਕਤ ਕਰਦਾ ਹੈ ਠੀਕ ਹੈ ਰਾਸ਼ਟਰਪਤੀ ਦੇ ਰਿਗਾਰਡਿੰਗ ਟੌਪਿਕ ਹੈ ਤਾਂ ਮੋਸਟਲੀ ਸਵਾਲ ਦਾ ਜਵਾਬ ਰਾਸ਼ਟਰਪਤੀ ਹੋਵੇਗਾ ਇਹ ਤੁਹਾਨੂੰ ਮੈਂ ਹਿੰਟ ਦੇ ਦੇਣਾ ਠੀਕ ਹੈ ਫਿਰ ਵੀ ਜੇ ਤੁਹਾਨੂੰ ਕਿਸੇ ਸਵਾਲ ਦਾ ਜਵਾਬ ਪਤਾ ਹੈ ਤਾਂ फटाफट ਕੁਐਸਚਨ ਦਾ ਨੰਬਰ ਪਾ ਕੇ ਤੇ ਆਪਸ਼ਨ ਪਾ ਕੇ ਆਨਸਰ ਕਮੈਂਟ ਜਰੂਰ ਕਰ ਦਿੱਤਾ ਕਰੋ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਭਾਰਤ ਦਾ ਪਹਿਲਾ ਵਿਅਕਤੀ ਕੌਣ ਹੈ ਕੱਲ ਮੈਂ ਤੁਹਾਨੂੰ ਥਿਊਰੀ ਵੀ ਦੀ ਕਲਾਸ ਦਿੱਤੀ ਸੀ ਉਸ ਵਿੱਚ ਵੀ ਇਹ ਸਮਝਾਇਆ ਸੀ ਕਿ ਸਭ ਤੋਂ ਪਹਿਲਾ ਵਿਅਕਤੀ ਜਾਂ ਪਹਿਲਾ ਸਿਟੀਜ਼ਨ ਇੰਡੀਆ ਦਾ ਕੌਣ ਮੰਨਿਆ ਜਾਂਦਾ ਹੈ ਆਪਸ਼ਨ ਨੰਬਰ ਡੀ ਰਾਸ਼ਟਰਪਤੀ ਜਾਂ ਪ੍ਰੈਜ਼ੀਡੈਂਟ ਹੀ ਹੁੰਦਾ ਜਿਹੜਾ ਭਾਰਤ ਦਾ ਪਹਿਲਾ ਵਿਅਕਤੀ ਸਿਟੀਜ਼ਨ ਮੰਨਿਆ ਜਾਂਦਾ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਭਾਰਤ ਦੇ ਹਥਿਆਰਬੰਦ ਸੈਨਾਮਾਨ ਦਾ ਕਮਾਂਡਰ ਕੌਣ ਹੁੰਦਾ ਹੈ ਥਿਊਰੀ ਦੀ ਕਲਾਸ ਵਿੱਚ ਇਸ ਬਾਰੇ ਵੀ ਆਪਾਂ ਰੀਡ ਕੀਤਾ ਸੀ ਆਪਣੀ ਜਲ ਸੈਨਾ ਭਵੇਂ ਸਾਲ ਸੈਨਾ ਪਮੇ ਬਾਇਓ ਸੈਨਾ ਠੀਕ ਹੈ ਇਹ ਤਿੰਨ ਸੈਨਾਵਾਂ ਹਨ ਜਿਹੜੇ ਭਾਰਤ ਕੋਲੇ ਤੇ ਇਹਨਾਂ ਦੇ ਮੇਨ ਜਿਹੜੇ ਚੀਫ ਕਮਾਂਡਰ ਹੁੰਦੇ ਨੇ ਹਨਾ ਉਹਨਾਂ ਨੂੰ ਕੌਣ ਨਿਯੁਕਤ ਕਰਦਾ ਹੈ ਰਾਸ਼ਟਰਪਤੀ ਇਸ ਕਰਕੇ ਹੈ ਜਿਹੜਾ ਕਿ ਹਥਿਆਰਵੰਦ ਸੈਨਾਵਾਂ ਉਹਨਾਂ ਦਾ ਮੇਨ ਕਮਾਂਡਰ ਕੌਣ ਮੰਨਿਆ ਜਾਂਦਾ ਹੈ ਤਾਂ ਰਾਸ਼ਟਰਪਤੀ ਹੀ ਮੰਨਿਆ ਜਾਂਦਾ ਹੈ ਕਿਉਂਕਿ ਰਾਸ਼ਟਰਪਤੀ ਜਿਹੜੇ ਉੱਚ ਅਧਿਕਾਰੀ ਹੁੰਦੇ ਨੇ ਸੈਨਾਵਾਂ ਦੇ ਹਨਾ ਉਹਨਾਂ ਨੂੰ ਨਿਯੁਕਤ ਕਰਦਾ ਇਸੇ ਵੱਲ ਕੁਐਸਚਨ ਨੰਬਰ 4 ਦੀ ਗੱਲ ਕਰੀਏ ਰਾਸ਼ਟਰਪਤੀ ਦੀ ਚੋਣ ਸੰਬੰਧੀ ਵਿਵਾਦ ਨੂੰ ਡੈਸ਼ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਜੇ ਕੋਈ ਵਿਵਾਦ ਆ ਜਾਂਦਾ ਹੈ ਤਾਂ ਉਸ ਨੂੰ ਕਿਸ ਦੇ ਦੁਆਰਾ ਨਿਰਦੇਸ਼ਿਤ یعنی ਠੀਕ ਕੀਤਾ ਜਾਂਦਾ ਹੈ ਤਾਂ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਸੁਪਰੀਮ ਕੋਰਟ ਦੇ ਦੁਆਰਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ ਪ੍ਰੈਜ਼ੀਡੈਂਟ ਅਹੁਦੇ ਲਈ ਚੋਣਾ ਇਸ ਦੁਆਰਾ ਕੀਤੀ ਜਾਂਦੀ ਹੈ ਮਤਲਬ ਕਿ ਇਸ ਨਹੀਂ ਆਪਾਂ ਕਿਸ ਲਗਾ ਲੈਨੇ ਸੋਰੀ ਕਿਸ ਹੋ ਕੇ ਸਹੀ ਹੈ ਨਾ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ ਪ੍ਰੈਜ਼ੀਡੈਂਟ ਅਹੁਦੇ ਲਈ ਚੋਣਾ ਹੁੰਦੀ ਹੈ ਜਦੋਂ ਉਹ ਕਿਸ ਦੇ ਦੁਆਰਾ ਕੰਡਕਟ ਕਰਵਾਈ ਜਾਂਦੀਆਂ ਨੇ ਤਾਂ ਚੋਣ ਕਮਿਸ਼ਨ ਦੁਆਰਾ ਇਹ ਕੰਡਕਟ ਕਰਵਾਈ ਜਾਂਦੇ ਨੇ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ओके ਦੋਸਤੋ ਤੇ ਇੱਕ ਰਿਕਵੈਸਟ ਹੋ ਰਿਹਾ ਜੇ ਤੁਸੀਂ ਇੰਪੋਰਟੈਂਟ ਕੁਐਸਚਨਾਂ ਦੀ ਪੋਲਿਟੀਕਲ ਇਸ਼ੂ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਜਸਟ 44 ਰੁਪਏ ਵਿੱਚ ਤੁਸੀਂ ਪੋਲਿਟੀਕਲ ਇਸ਼ੂ ਦੇ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਬਾਏ ਕਰ ਸਕਦੇ ਹੋ ਓਕੇ ਆਫੀ ਕੈਂਡੀਡੇਟ ਨੇ ਆਲਰੇਡੀ ਇਹ ਪੀਡੀਐਫ ਫਾਈਲ ਬਾਈ ਕਰ ਲਈ ਜੇ ਤੁਸੀਂ ਵੀ ਆਪਣੇ ਐਗਜ਼ਾਮ ਦਿੱਤੇ ਰੀਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਪੀਡੀਐਫ ਫਾਈਲ ਜ਼ਰੂਰ ਬਾਈ ਕਰ ਲਓ ਹੁਣ ਆਪਾਂ ਨੈਕਸਟ ਕੁਐਸਚਨ ਨੰਬਰ 5 ਅਗੇਨ ਰਿਪੀਟ ਹੋਗਾ ਚਲੋ ਕੁਐਸਚਨ ਨੰਬਰ 6 ਹੈ ਦੋਸਤੋ ਇਹ ਠੀਕ ਹੈ ਕੁਐਸਚਨ ਨੰਬਰ 6 ਦੀ ਗੱਲ ਕਰੀ ਸਵਿਧਾਨਿਕ ਤੌਰ ਤੇ ਅਨੁਸੂਚਿਤ ਖੇਤਰਾਂ ਵਿੱਚ ਤਬਦੀਲੀਆਂ ਕਰਨ ਦੀ ਸ਼ਕਤੀ ਕਿਸ ਦੇ ਕੋਲ ਹੁੰਦੀ ਹੈ ਤਾਂ ਅਗੇਨ ਇਸ ਰਾਈਟ ਆਨਸਰ ਹੋਗਾ ਆਪਸ਼ਨ ਨੰਬਰ ਡੀ ਰਾਸ਼ਟਰਪਤੀ ਕੋਲੇ ਹੀ ਇਹ ਸ਼ਕਤੀਆਂ ਹੁੰਦੀਆਂ ਨੇ ਇਹ ਅਨੁਸੂਚਿਤ ਦੇ ਖੇਤਰਾਂ ਉਹਨਾਂ ਨੂੰ ਡਿਵੈਲਪ ਕਰਨ ਦੀ ਅਥਾਰਟੀ ਜਿਹੜੀ ਹੁੰਦੀ ਹੈ ਪ੍ਰਧਾਨ ਸਭਾ ਕੋਲ ਹੁੰਦੀ ਹੈ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ਇੱਥੇ ਦੇਖੋ ਸਿਲੈਕਸ਼ਨ ਕਿਵੇਂ ਕੀਤਾ ਜਾਂਦਾ ਹੈ ਚੋਣ ਤਾਂ ਤੁਹਾਨੂੰ ਮੈਥਿਉਰੀ ਵਿੱਚ ਸਮਝਾਇਆ ਸੀ ਕਿ ਟ੍ਰਾਂਸਫਰ ਯੋਗ ਕਿਹਨੂੰ ਆਪਾਂ ਹਸਤਾਂਸ਼ ਰਣੀ ਕਹਿੰਦਾ ਹਿੰਦੀ ਚ ਕੀ ਕਹਿੰਦੇ ਨੇ ਯਾਰ ਹਸਤਾਂਸ਼ ਰਣੀ ਐ ਵੋਟ ਦੁਆਰਾ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਾਏ ਆਪਸ਼ਨ ਨੰਬਰ ਬੀ ਸਿੰਗਲ ਟ੍ਰਾਂਸਫਰ ਯੋਗ ਵੋਟ ਦੁਆਰਾ राष्ट्रपति दी چون ਕੀਤੀ ਜਾਂਦੀ ਹੈ ਠੀਕ ਹੈ एग्जाम ਵਿੱਚ ਰਿਪੀਟ ਹੋਇਆ ਕੁਐਸਚਨ ਤਾਂ ਕਰਕੇ ਚੰਗੀ ਤਰ੍ਹਾਂ ਇਸ ਨੂੰ ਮਾਈਂਡ ਵਿੱਚ ਸੈੱਟ ਕਰ ਲਿਓ ਕੁਐਸਚਨ ਨੰਬਰ 7 ਦੀ ਗੱਲ ਕਰੀਏ ਰਾਸ਼ਟਰਪਤੀ ਦੁਆਰਾ ਲੋਕ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾ ਸਕਦੇ ਨੇ ਦੇਖੋ ਇਹ ਵੀ ਮੈਥਿਉਰੀ ਵਿੱਚ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਮੈਥਿਉਰੀ ਦੀ ਕਲਾਸ ਤੁਹਾਨੂੰ ਸਮਝਾਈ ਸੀ ਜਰੂਰ ਦੇਖਿਓ ਕਾਫੀ ਇੰਪੋਰਟੈਂਟ ਪੁਆਇੰਟਸ ਵਿੱਚ ਨੋਟ ਕਰਵਾਏ ਸੀ ਮੈਂ ਤਾਂ ਲੋਕ ਸਭਾ ਦੀ ਗੱਲ ਹੋ ਰਹੀ ਹੈ ਤੇ ਕਨਫਿਊਜ਼ ਨਾ ਹੋਇਓ ਠੀਕ ਹੈ ਲੋਕ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਆਪਣੇ ਤੌਰ ਤੇ ਜਿਹੜੇ ਮੈਂਬਰ ਹੈ ਉਹ ਨਾਮਜ਼ਦ ਕਰ ਸਕਦਾ ਤਾਂ ਲੋਕ ਸਭਾ ਜੇ ਲੋਕ ਸਭਾ ਉਹਦਾ एग्जाम ਵਿੱਚ ਤਾਂ ਯਾਦ ਰੱਖਿਓ ਦੋ ਮੈਂਬਰ ਰਾਸ਼ਟਰਪਤੀ ਨਿਯੁਕਤ ਕਰ ਸਕਦਾ ਇਹ ਇਹ ਦੋ ਮੈਂਬਰ ਕਿਹੜੇ ਹੁੰਦੇ ਨੇ ਐਂਗਲੋ ਇੰਡੀਅਨਸ ਹੁੰਦੇ ਨੇ ਇਹਨਾਂ ਦਾ ਰਾਖਵਾ ਕੋਟਾ ਹੁੰਦਾ ਠੀਕ ਹੈ ਪਾਰਲੀਮੈਂਟ ਵਿੱਚ ਰਾਖਵਾ ਕੋਟਾ ਹੈ ਮਤਲਬ ਦੋ ਐਂਗਲੋ ਇੰਡੀਅਨਸ ਨੇ ਜਿਹੜੇ ਉਹਨਾਂ ਨੂੰ ਰੱਖਣਾ ਲਾਜ਼ਮੀ ਹੈ ਠੀਕ ਹੈ ਜੇ ਇੱਥੇ ਰਾਜ ਸਭਾ ਜੇ ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਠੀਕ ਹੈ ਰਾਜ ਸਭਾ ਦੀ ਗੱਲ ਹੋਵੇ ਤਾਂ ਯਾਦ ਰੱਖਿਓ ਤਾਂ ਜਿਹੜਾ ਰਾਸ਼ਟਰਪਤੀ ਆ ਉਹ 12 ਮੈਂਬਰ ਕਰ ਸਕਦਾ 12 ਮੰਦਰ 12 ਮੈਂਬਰ ਆਪਣੇ ਤੌਰ ਤੇ ਭੇਜ ਸਕਦਾ ਮਤਲਬ ਕਿ ਜਿਨ੍ਹਾਂ ਜਿਨ੍ਹਾਂ ਨੇ ਕੋਈ ਚੰਗਾ ਯੋਗਦਾਨ ਦਿੱਤਾ ਹੋਵੇ ਹਨਾ ਇੰਡੀਆ ਵਿੱਚ ਚੰਗਾ ਨਾਮ ਹੋਵੇ ਉਹਨਾਂ ਨੂੰ ਉਹ ਮਤਲਬ ਕਿ ਸਾਇਤ ਦੇ ਖੇਤਰ ਵਿੱਚ ਜਾਂ ਲੇਖਕ ਹੋਵੇ ਜਾਂ ਸਿੰਗਿੰਗ ਦੇ ਖੇਤਰ ਵਿੱਚ ਹੋਵੇ ਨਾ ਇਸ ਤਰ੍ਹਾਂ ਦੇ ਕਲਾਕਾਰਾਂ ਨੇ ਇਹਨਾਂ ਨੂੰ ਉਹ ਨਾਮਜ਼ਦ ਕਰ ਸਕਦਾ ਠੀਕ ਹੈ ਯਾਦ ਰੱਖੋ ਪਰਸਤ ਕੁਐਸਚਨ ਨੰਬਰ 7 ਦਾ ਜਿਹੜਾ ਰਾਈਟ ਆਨਸਰ ਹੋਵੇ ਆਪਸ਼ਨ ਨੰਬਰ 2 ਸੋਰੀ ਆਪਸ਼ਨ ਨੰਬਰ ਬੀ 2 ਮੈਂਬਰ ਹੈ ਜਿਹੜੇ ਉਹ ਨਾਮਜ਼ਦ ਕਰ ਸਕਦਾ ਠੀਕ ਹੈ ਕੁਐਸਚਨ ਨੰਬਰ 8 ਦੀ ਗੱਲ ਕਰੀਏ ਰਾਸ਼ਟਰਪਤੀ ਕਿਸ ਸ਼ਮਾਦਾਨ ਪਾਵਰ ਦੇ ਅਧੀਨ ਅਪਰਾਧ ਨੂੰ ਮਾਫ ਕਰ ਸਕਦਾ ਦੇਖੋ ਰਾਸ਼ਟਰਪਤੀ ਕੋਲੇ ਪਾਵਰ ਹੁੰਦੀ ਹੈ ਉਹ ਕਿਸੇ ਦੀ ਸਜ਼ਾ ਘਟਾ ਸਕਦਾ ਜੇ ਕਿਸੇ ਨੂੰ ਫਾਂਸੀ ਦਾ ਆਰਡਰ ਹੈ ਤਾਂ ਉਹ ਵੀ ਮਾਫ ਕਰਵਾ ਸਕਦਾ ਤਾਂ ਇਹ ਕਿਦੇ ਅਧੀਨ ਆਉਂਦੇ ਨੇ ਤਾਂ ਆਪਸ਼ਨ ਨੰਬਰ ਏ ਲਾਗੂ ਕਰਨ ਦੇ ਦੀਨ ਹੁੰਦੇ ਨੇ ਆਪਣੇ ਸੰਵਿਧਾਨ ਦੇ ਕਿਸੇ ਆਰਟੀਕਲ ਵਿੱਚ ਲਿਖਿਆ ਹੋਇਆ ਹੈ ਕਿ ਲਾਗੂ ਕਰਨ ਦੇ ਦੁਆਰਾ ਜਿਹੜਾ ਰਾਸ਼ਟਰਪਤੀ ਹੈ ਕਣਾ ਉਹ ਕਿਸੇ ਵੀ ਅਪਰਾਧੀ ਦਾ ਅਪਰਾਧ ਨੂੰ ਮਾਫ ਕਰਨ ਦੀ ਸ਼ਕਤੀ ਰੱਖਦਾ ਹੈ ਕਿਹੜੇ ਆਰਟੀਕਲ ਵਿੱਚ ਲਿਖਿਆ ਹੈ ਇਸ ਬਾਰੇ ਵੀ ਤੁਹਾਨੂੰ ਨੈਕਸਟ ਵੀਡੀਓ ਵਿੱਚ ਸਮਝਾਵਾਂਗਾ ਫਿਲਹਾਲ ਮੈਨੂੰ ਖੁਦ ਨੂੰ ਚੰਗੀ ਤਰ੍ਹਾਂ ਸ਼ੋਰ ਨਹੀਂ ਹੈ ਕੰਫਰਮ ਨਹੀਂ ਹੈ ਕਿ ਆਰਟੀਕਲ ਕਿਹੜਾ ਹੈ ਓਕੇ ਕੁਐਸਚਨ ਨੰਬਰ 9 ਦੀ ਗੱਲ ਕਰੀਏ ਕੇਂਦਰੀ ਲੋਕ ਸਭਾ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਕੌਣ ਕਰਦਾ ਹੈ ਲੋਕ ਸਭਾ ਕਮਿਸ਼ਨ ਦਾ ਚੇਅਰਮੈਨ ਆਬਵੀਅਸ ਰਾਸ਼ਟਰਪਤੀ ਹੀ ਕਰਦਾ ਤਾਂ ਇਹਦਾ ਰਾਈਟ ਆਨਸਰ ਜਿਹੜਾ ਹੋਵੇਗਾ ਆਪਸ਼ਨ ਨੰਬਰ ਡੀ ਰਾਸ਼ਟਰਪਤੀ ਹੋ ਜਾਵੇਗਾ ਕੁਐਸਚਨ ਨੰਬਰ 10 ਦੀ ਗੱਲ ਕਰੀਏ ਹੇਟਾਂ ਦਿੱਤੇ ਵਿੱਚੋਂ ਕੌਣ ਰਾਸ਼ਟਰਪਤੀ ਦੀ ਚੋਣ ਵਿੱਚ ਭਾਗ ਲੈ ਸਕਦਾ ਲੈ ਸਕਦਾ ਰਾਸ਼ਟਰਪਤੀ ਜਿਹੜੇ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਉਸ ਵਿੱਚ ਨਾ ਤਾਂ ਉਹਨੂੰ VOTING ਕਰਨ ਦਾ ਅਧਿਕਾਰ ਹੁੰਦਾ ਹੈ ਠੀਕ ਹੈ ਤੇ ਨਾ ਹੀ ਮਤਲਬ ਕਿ ਭਾਗ ਲੈਣ ਦਾ ਅਧਿਕਾਰ ਹੁੰਦਾ ਹੈ ਤਾਂ ਉਹ ਕੌਣ ਹੈ ਤਾਂ ਉਹ ਜਿਹੜਾ ਵਿਧਾਨ ਸਭਾ ਦੇ ਨਾਮਜ਼ਦ ਮੈਂਬਰ ਜਾਂ ਅਸੈਂਬਲੀ ਦੇ ਨਾਮਜ਼ਦ ਮੈਂਬਰ ਹੁੰਦੇ ਨੇ ਮਤਲਬ ਕਿ ਵਿਧਾਨ ਸਭਾ ਵਿੱਚੋਂ ਹੀ ਸਿਲੈਕਟ ਕੀਤੇ ਜਾਂਦੇ ਨੇ ਜਿਹੜੇ ਰਾਸ਼ਟਰਪਤੀ ਨੇ ਸਿਲੈਕਟ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੋਵੇਗਾ ਠੀਕ ਹੈ ਉਹੀ ਜਿਹੜਾ ਰਾਸ਼ਟਰਪਤੀ ਦੀ ਚੋਣਾਂ ਲੜ ਸਕਦਾ ਤਾਂ ਹੁਣ ਜਿਹੜੇ ਜਿਹੜੇ ਹੁਣ ਨਾਮਜਾਦ ਨੇ ਉਹ ਉਹਨਾਂ ਨੂੰ VOTING ਕਰਨ ਦਾ ਅਧਿਕਾਰ ਨਹੀਂ ਹੁੰਦਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 11 ਦੀ ਗੱਲ ਕਰੀਏ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਕਿੰਨੇ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਜਿਹੜਾ ਹੋਵੇਗਾ 5 ਸਾਲਾਂ ਬਾਅਦ ਜਿਵੇਂ ਹੁਣ 5 ਸਾਲ ਖਤਮ ਹੋ ਗਏ ਰਾਸ਼ਟਰਪਤੀ ਦੇ ਇਸ ਤੋਂ 5 ਸਾਲ ਬਾਅਦ ਫੇਰ ਚੋਣਾਂ ਹੋਣਗੀਆਂ ਫੇਰ ਨਵਾਂ ਰਾਸ਼ਟਰਪਤੀ ਨਿਯੁਕਤ ਕੀਤਾ ਜਾਵੇ ਓਕੇ ਕੁਐਸਚਨ ਨੰਬਰ 12 ਦੀ ਗੱਲ ਕਰੀਏ ਸੰਵਿਧਾਨ ਦੀ ਉਲੰਘਣਾ ਕਾਰਨ ਸੰਵਿਧਾਨ ਦੀ ਉਲੰਘਣਾ ਕਰਨ ਤੇ ਰਾਸ਼ਟਰਪਤੀ ਵਿਰੁੱਧ ਕਾਰਵਾਈ ਕਿੱਥੇ ਜਾ ਸਕਦੀ ਹੈ ਠੀਕ ਹੈ ਕਿੱਥੇ ਜਾ ਸਕਦੀ ਹੈ ਕਿਵੇਂ ਕੀਤੀ ਜਾ ਸਕਦੀ ਹੈ ਇਹ ਸਸਨ ਦੇ ਕਿਸੇ ਵੀ ਸਦਨ ਵਿੱਚ ਕੀਤੀ ਜਾ ਸਕਦੀ ਹੈ ਜੇ ਰਾਸ਼ਟਰਪਤੀ ਹੈ ਜਿਹੜਾ ਠੀਕ ਹੈ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਨਾ ਤਾਂ ਲੋਕ ਸਭਾ ਕੋਈ ਐਕਸ਼ਨ ਲੈ ਸਕਦੀ ਨਾ ਰਾਜ ਸਭਾ ਨਾ ਹੀ ਜਿਹੜਾ ਆਪਣਾ ਕੋਰਟ ਨੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਨਾ ਇਹ ਕੋਈ ਐਕਸ਼ਨ ਲੈ ਸਕਦਾ ਇਹ ਸਸਨ ਦੇ ਕਿਸੇ ਵੀ ਸਦਨ ਵਿੱਚ ਇਸ ਬਾਰੇ ਸਵਾਲ اٹھਾਏ ਜਾ ਸਕਦੇ ਨੇ ਕਿ ਰਾਸ਼ਟਰਪਤੀ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਠੀਕ ਹੈ ਇਸੇ ਵੀ ਸਦਨ ਵਿੱਚ ਇਹ ਚੀਜ਼ ਯਾਦ ਰੱਖਿਓ ਤੇ ਕੁਐਸਚਨ ਨੰਬਰ 13 ਦੀ ਗੱਲ ਕਰੀਏ ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਉਹਨਾਂ ਦੇ ਅਹੁਦੇ ਤੋਂ ਕਿਵੇਂ ਅਤੇ ਕੌਣ ਹਟਾ ਸਕਦਾ ਹੈ ਚਲੋ ਜੇ ਰਾਸ਼ਟਰਪਤੀ ਕੋਈ ਰਾਸ਼ਟਰਪਤੀ ਨੂੰ ਮੈਂ ਰਾਸ਼ਟਰਪਤੀ ਬਣ ਗਿਆ ਨਾ ਮੇਰੇ 5 ਸਾਲ ਪੂਰੇ ਪੈ ਨਹੀਂ ਤਾਂ ਹੁਣ ਕੋਈ ਮੈਨੂੰ ਹਟਾਉਣਾ ਚਾਹੁੰਦਾ ਹੈ कि ਇਹਨੂੰ ਹਟਾ ਦੇ ਦੂਜਾ ਮੇਆ ਖੁੱਦਾ ਰਾਸ਼ਟਰਪਤੀ ਅਥੇ ਨਿਯੁਕਤ ਕਰਾਂਗਾ ਠੀਕ ਹੈ ਤਾਂ ਉਹ ਕਿਵੇਂ ਅਤੇ ਕੌਣ ਹਟਾ ਸਕਦਾ ਹੈ ਅਗੇਨ 12 ਨੰਬਰ ਕੁਐਸਚਨ ਵਿੱਚ ਆਪਾਂ ਗੱਲ ਕੀਤੀ ਸੀ ਸਸੰਦ ਦੇ ਕਿ ਸੇ ਵੀ ਦੋਹਾਂ ਸਦਨ ਦੋ ਸਦਨ ਹੁੰਦੇ ਨੇ ਕਿਸੇ ਵੀ ਸਦਨ ਵਿੱਚ ਇਹ ਗੱਲਬਾਤ ਤੁਰ ਸਕਦੀ ਹੈ ਕਿ ਰਾਸ਼ਟਰਪਤੀ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਤਾਂ ਸਸੰਦ ਦੇ ਵਿੱਚ ਜੇ ਕਨਫਰਮ ਹੁੰਦਾ ਤਾਂ ਰਾਸ਼ਟਰਪਤੀ ਉੱਪਰ ਮਹਾ ਦੋਸ਼ ਲਗਾ ਕੇ ਉਸ ਨੂੰ ਹਟਾਇਆ ਜਾ ਸਕਦਾ ਠੀਕ ਹੈ ਠੀਕ ਹੈ ਇਹ ਕਨਫਰਮ ਮੈ ਗੱਲ ਜੇ ਦੇਖੋ ਦੋਸਤੋ ਵੀਡੀਓਜ਼ ਵਿੱਚ ਕੁਝ ਤੁਹਾਨੂੰ ਸਮਝ ਆਉਣ ਯੋਗ ਹੈ ਨਾ ਜਾਂ ਇੰਪੋਰਟੈਂਟ ਚੀਜ਼ਾਂ حاصل ਹੁੰਦੀਆਂ ਨੇ ਤਾਂ ਯਾਰ ਯੈਸ ਲਿਖ ਕੇ ਵੀਡੀਓ ਵਿੱਚ ਕਮੈਂਟ ਜ਼ਰੂਰ ਕਰਦੇ ਕਰੋ ਤੁਹਾਡਾ ਇੱਕ ਯੈਸ ਲਿਖ ਕੇ ਕਮੈਂਟ ਕਰੋਗੇ ਨਾ ਮੈਨੂੰ ਹੋਰ ਮੋਟੀਵੇਟ ਕਰੇਗਾ ਤੇ ਹੋਰ ਵਧੀਆ-ਵਧੀਆ ਤੇ ਇੰਪੋਰਟੈਂਟ ਤੇ ਐਕਸਪੈਕਟਿਡ ਕੁਐਸਚਨ ਮੈਂ ਤੁਹਾਨੂੰ ਕਵਰ ਅਪ ਜ਼ਰੂਰ ਕਰਵਾਵਾਂਗਾ ਠੀਕ ਹੈ ਤੇ ਜ ਹਲੇ ਤੱਕ ਹੈ ਜਿਹੜਾ ਹੁਣ ਤੱਕ ਹੈ ਜਿੰਨਾ ਮੈਂ ਪੜਾਇਆ ਉਹ ਸਮਝ ਆ ਗਿਆ ਤਾਂ ਯੈਸ ਲਿਖ ਕੇ ਜ਼ਰੂਰ ਕਮੈਂਟ ਕਰੋ ਕਵੈਸਚਨ ਨੰਬਰ 14 ਦੀ ਗੱਲ ਕਰੀ ਜਦੋਂ ਰਾਸ਼ਟਰਪਤੀ ਕਿਸੇ ਕਾਰਨ ਕਰਕੇ ਉਹਦਾ ਨਹੀਂ ਸੰਭਾਲਨਾ ਠੀਕ ਹੈ ਤਾਂ ਉਪਰਾਸ਼ਟਰਪਤੀ ਕਦੋਂ ਤੱਕ ਉਸ ਦੀ ਥਾਂ ਤੇ ਰਹਿ ਸਕਦਾ ਹੁਣ ਅੱਥੇ ਕੀ ਗੱਲ ਹੋ ਰਹੀ ਹੈ ਕਵੈਸਚਨ ਨੂੰ ਸਮਝਿਆ ਕਰੋ ਥੋੜਾ ਜਿਹਾ ਜੇ ਰਾਸ਼ਟਰਪਤੀ ਦੀ ਮੰਨ ਲਓ ਮੌਤ ਹੋ ਗਈ ਜਾਂ ਰਾਸ਼ਟਰਪਤੀ ਦੀ ਅਸਥੀਵਾਦੀਤਾ ਜਾਂ ਕਿਸੇ ਵੀ ਅਦਰ ਕਾਰਨ ਉਹ ਆਪਣੇ ਅਹੁਦੇ ਤੇ ਨਹੀਂ ਹੈ ਮਤਲਬ ਕਿ ਆਪਣੀ ਪੋਸਟ ਨੂੰ ਨਹੀਂ ਸੰਭਾਲ ਰਿਹਾ ਆਪਣਾ ਕੰਮ ਨਹੀਂ ਕਰ ਰਿਹਾ ਤਾਂ ਉਪਰਾਸ਼ਟਰਪਤੀ ਹੈ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਠੀਕ ਹੈ ਉਹ ਕਦੋਂ ਤੱਕ ਉਸਦੀ ਥਾਂ ਤੇ ਕੰਮ ਸੰਭਾਲ ਸਕਦਾ ਠੀਕ ਹੈ ਕਵਰ ਕਨਫਰਮ ਹੈ ਇਹ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਗਾ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੋਗਾ 6 ਮਹੀਨੇ ਤੱਕ ਉਪਰਾਸ਼ਟਰਪਤੀ ਰਾਸ਼ਟਰਪਤੀ ਦਾ ਕੰਮ ਨੂੰ ਸੰਭਾਲ ਸਕਦਾ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਨਵੀਂ ਚੋਣਾਂ ਕਰਵਾਉਣੀਆਂ ਪੈਣਗੀਆਂ ਤੇ ਇਹ ਨਵਾਂ ਰਾਸ਼ਟਰਪਤੀ ਨਿਯੁਕਤ ਕਰਨਾ ਪਵੇਗਾ ਓਕੇ